ਪਾਕਿਸਤਾਨ ਆ ਗਏ ਤੁਸੀਂ, ਜੀ ਕਿਹੜਾ ਕਾਰਨ ਸੀ, ਕੀ ਚੀਜ਼ ਸੀ ਐਸੀ ਜਿਹੜੀ ਤੁਹਾਨੂੰ ਪਾਕਿਸਤਾਨ ਖਿੱਚ ਕੇ ਲਿਆਈ? ਜੀ ਜਦੋਂ ਮੇਰਾ ਬਚਪਨ ਜਿਹੜਾ ਮੇਰੇ ਆਪਣੇ ਦਾਦੀ ਦੇ ਨਾਲ ਕਾਫੀ ਗੁਜ਼ਰਿਆ ਹੈ, ਅਤੇ ਮੇਰੇ ਦਾਦੀ ਨੇ ਕਾਫੀ ਜਿਸ ਤਰ੍ਹਾਂ ਜਿਹੜਾ ਪਾਰਟੀਸ਼ਨ ਦਾ ਜਿਹੜੇ ਪੂਰਾ ਹਾਲਾਤ ਜਿਹੜੇ ਨੇ ਵੇਖੇ ਨੇ, ਹੰਢਾਏ ਨੇ, ਅਤੇ ਉਹਨੇ ਹਮੇਸ਼ਾ ਆਪਣੇ ਜਿਹੜੇ ਪਿਛਲੇ ਪਿੰਡਾਂ ਨੂੰ ਯਾਦ ਕਰਦੇ ਸੀ, ਉਹਨੇ ਆਪਣੇ ਪਿਛਲੇ ਪਿੰਡਾਂ ਦੀਆਂ ਸਟੋਰੀਜ਼ ਦੱਸਦੇ ਸੀ ਸਾਨੂੰ, ਅਤੇ ਉਹ ਜਿਹੜੀ ਸਾਰੀ ਇਨਫੋਰਮੇਸ਼ਨ ਕਿਸੇ ਨਾ ਕਿਤੇ ਮੇਰੇ ਲਾਈਕ ਦਿਮਾਗ ਦੇ ਵਿੱਚ ਲਾਈਕ ਸੀਗੀ। ਪਹਿਲੇ ਦਿਨ ਅਸੀਂ ਫਿਰ ਜਿਸ ਤਰ੍ਹਾਂ ਲਾਹੌਰ ਤੋਂ ਲਾਈਕ ਮੂਵ ਹੋ ਕੇ ਅਤੇ ਪਿੰਡ ਗੱਖੜਵਾਲੀ ਗਏ, ਅਤੇ ਉੱਥੇ ਜਿਹੜੇ ਬਾਬਾ ਬਾਜਵਾ ਜੀ ਨੇ ਉਹ ਨਾ ਕਾਫੀ ਜ਼ਿਆਦਾ ਨੌਲੇਜ ਹੈ ਜਿਸ ਤਰ੍ਹਾਂ ਹਿਸਟਰੀ ਬਾਰੇ, ਅਤੇ ਉਹਨਾਂ ਨਾਲ ਲੈ ਕੇ ਅਤੇ ਅਸੀਂ ਗਏ ਜਿਹੜਾ ਸਾਡਾ ਪਹਿਲਾ ਪਿੰਡ ਸੀਗਾ ਸੈਦੋ ਕੇ ਬਾਜਵਾ। ਕਿਹੜੀ ਗੱਲੋਂ ਪਿਆ, ਥਾਂ ਮੈਂ ਲੈਣੇ? ਹਾਂਜੀ, ਉੱਥੇ ਕਹਿੰਦੇ ਵੀ ਦੋ ਬਾਜਵੇ ਜਿਵੇਂ ਘਰ ਵੰਡਣ ਲੱਗੇ, ਤੇ ਇੱਕ ਬਾਜਵੇ ਨੂੰ ਵੰਡ ਜਿਹੜੀ ਪਸੰਦ ਨਾ ਆਈ, ਤੇ ਬਾਜਵੇ ਨੇ ਸਾਰਾ ਘਰ ਹੀ ਫੂਕ ਛੜਿਆ, ਅੱਗ ਲਾ ਕੇ, ਤੇ ਫਿਰ ਉਹ ਜਿਹੜੇ ਸੀ ਉਹਨਾਂ ਕੋਲੇ ਇਕੱਠੇ ਕਰਕੇ ਤੇ ਕੋਲਿਆਂ ਦੀ, ਕਹਿੰਦੇ ਬਾਜਵੇ ਨੇ ਕੋਲਿਆਂ ਦੀ ਵੰਡ ਕੀਤੀ। ਉਹ ਇਸ ਪਿੰਡ ਦੀ ਕਹਾਣੀ, ਇਹ ਵੀ ਜੱਟਾਂ ਦੀ ਅਕਲ ਦੀ ਇੱਕ ਮਿਸਾਲ ਹੈ ਜੀ, ਵੀ ਇਹ ਜਨਾਬ ਉਹ ਹੀ ਗੱਲ ਹੈ, ਗੰਨਾ ਨਹੀਂ ਦਿੰਦੇ ਰਹੇ, ਪੂਰੀ ਰੋੜੀ ਦੇ ਜਾਂਦੇ। ਇਹ ਨਾ ਸਭ ਤੋਂ ਬੇਸਿਕਲੀ ਹੁਣ ਨਾ ਇਹ ਖਤਮ ਹੋ ਗਿਆ, ਇਹ ਕਿਲਾ ਸੀ ਇੱਕ, ਇਹ ਚੇਤ ਸਿੰਘ ਦਾ ਕਿਲਾ ਸੀ। ਹਾਂ, ਚੇਤ ਸਿੰਘ ਦਾ ਕਿਲਾ ਸੀ, ਇਹ ਕਿਲਾ ਸੀ। ਕਿਲਾ ਨਾਮ ਮੁਕੰਮਲ ਰਹਿ ਗਿਆ ਜਦੋਂ ਕਤਲ ਹੋ ਗਿਆ ਨਾ, ਤੇ ਫਿਰ ਉਹ ਕਿਲਾ ਵਿੱਚ ਹੀ ਰਹਿ ਗਿਆ। ਇੱਥੇ ਉਹ ਹਾਥੀਆਂ ਤੇ ਆਉਂਦੇ ਹੁੰਦੇ ਸੀ। ਬਿਲਕੁਲ, ਮੈਂ ਦੱਸਣਾ ਜੀ, ਕਿਉਂਕਿ ਹੁਣ ਤੇ ਕਲੋਸ ਕਰ ਛੜਿਆ ਨਾ ਇਹਨੂੰ, ਉਹ ਹਾਥੀ ਤੇ ਹਾਥੀ ਦਰਵਾਜ਼ਾ ਵੀ ਆਇਆ ਹਾਲੀ ਬਣਿਆ ਨੇ। ਹਾਂਜੀ, ਅੱਛਾ ਜੀ, ਨਹੀਂ ਆਉਂਦੀ ਮਾਰ। ਹਾਂਜੀ, ਇੱਥੇ ਬਹਿ ਕੇ ਸਾਲਤਾ ਲੈਂਦੇ ਸਨ, ਕੌਣ ਆਇਆ ਕੌਣ ਗਿਆ, ਇਹ ਜਿਹੜੇ ਸੀ ਇਹਦੇ ਵਿੱਚ ਇਹ ਰਿਹਾਇਸ਼ਾਂ ਸਨ ਕਿਲੇ ਦੇ ਅੰਦਰ ਨਾ ਸਾਰੀਆਂ, ਇਹ ਜਿਹੜੇ ਸਾਹਮਣੇ 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 ਜਿਹੜੇ ਬਿਲਡਿੰਗ, ਕਰਦੇ ਸੀ, ਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਖੈਰ ਮੈਨੂੰ ਕੁਛ ਜ਼ਿਆਦਾ ਐਕਸਪੈਕਟੇਸ਼ਨ ਤੇ ਨਹੀਂ ਸੀਗੀ ਵੀ ਕੀ ਲੱਭੇਗਾ ਸਹੀ ਦੋ ਕੇ ਬਾਜਵਾ ਚ, ਉਹਨਾਂ ਨੂੰ ਯਾਦ ਸੀ ਦਰਵਾਜ਼ਾ ਜੈਨਵਨ ਹੈ, ਬਦਰਿਆ ਮੇਰੇ ਚੁਗਾਟ ਚੁਗਾਟ ਜੈਨਵਨ ਹੈ। ਪਰ ਫਿਰ ਵੀ ਮੈਨੂੰ ਸੀਗਾ ਕਿ ਜਿਹੜਾ ਸਾਡੇ ਐਨਸੈਸਟਰਸ ਦਾ ਪਹਿਲਾ ਪਿੰਡ ਹੈ ਮੈਨੂੰ ਜ਼ਰੂਰ ਵੇਖਣਾ ਚਾਹੀਦਾ ਹੈ, ਅਤੇ ਮੈਂ ਜਿਹੜਾ ਸੈਦੋ ਕੇ ਬਾਜਵਾ ਫਿਰ ਜਿਹੜਾ ਪਿੰਡ ਉਹ ਵੇਖਣ ਗਿਆ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਅਗਲਾ ਸਫ਼ਰ ਸੀਗਾ ਉਹ ਉੱਥੋਂ ਅਸੀਂ ਗਏ ਜੀ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ। ਕਰਤਾਰਪੁਰ ਤੇ ਜਦੋਂ ਦੀ ਓਪਨਿੰਗ ਤੋਂ ਪਹਿਲੇ ਮੇਰੇ ਤੇ ਬਾਜਵਾ ਸਾਹਿਬ ਦਾ ਇੱਥੇ ਤੇ ਬਹੁਤ ਜ਼ਿਆਦਾ ਅਸੀਂ ਵੀਡੀਓਜ਼ ਰਾਹੀਂ ਬੜੀਆ ਉੱਤੇ ਚੜ ਚੜ ਕੇ ਨਾ ਜੀ ਮਕਬੂਲ ਸਾਹਿਬ ਬਹੁਤ ਹੰਬਲਿੰਗ ਐਕਸਪੀਰੀਅੰਸ ਸੀਗਾ ਜੀ, ਕਿਉਂਕਿ
ਜਿਹੜਾ ਇੱਕ ਕਲਚਰ ਜਿੱਥੋਂ ਕਿ ਮੇਰਾ ਆਪਣੇ ਐਨਸੈਸਟਰਸ ਨਾਲ ਜੁੜਨਾ ਤਾਂ ਇੱਕ ਚੀਜ਼ ਸੀ, ਦੂਸਰਾ ਇੱਕ ਬੜਾ ਇੰਪੋਰਟੈਂਟ ਮਕਸਦ ਸਟੈਪ ਦਾ ਵੀ ਸੀ ਕਿ ਆਪਣੇ ਕਲਚਰ ਨਾਲ ਜੁੜਨਾ, ਕਿ ਜਿਹੜਾ ਮੇਰਾ ਅੱਧਾ ਕਲਚਰ ਆਲਮੋਸਟ ਜਿਹੜਾ ਮੈਜੋਰਟੀ ਮੇਰਾ ਕਲਚਰ ਹੈ ਜਿਹੜਾ ਕਾਫੀ ਇੱਥੇ ਵੀ ਜਿਹੜਾ ਰਹਿ ਚੁੱਕਿਆ ਹੈ, ਅਤੇ ਆਪਣੇ ਕਲਚਰ ਨਾਲ ਜੁੜਨਾ, ਸਪੈਸ਼ਲੀ ਕਿਉਂਕਿ ਜਿਹੜੀ ਗੁਰੂ ਨਾਨਕ ਦੀ ਧਰਤੀ ਹੈ ਉਹ ਤਾਂ ਇਹੀ ਹੈ ਨਾ ਅਸਲੀ। ਇਹ ਜਿਹੜੀ ਜਗ੍ਹਾ ਨਾ ਜੀ, ਇਸ ਜਗ੍ਹਾ ਦੇ ਉੱਤੇ 18 ਸਾਲ ਬਾਬਾ ਜੀ ਹਾਲ ਬੰਦੇ ਰਹਿ, ਇੱਥੇ ਪੱਖੋ ਕੀ ਪਿੰਡ ਹੈ, ਉੱਥੇ ਬਾਬਾ ਜੀ ਦਾ ਵਿਆਹ ਹੋਇਆ ਸੀ, ਅਤੇ ਉਸ ਨਿਸਬਤ ਨਾਲ ਇਸ ਇਲਾਕੇ 'ਚ ਕਾਫੀ ਰਹਿ। ਅਤੇ ਇਹ ਖੂਹ ਜਿਹੜਾ ਇਹਨੂੰ ਜੋ ਕੇ ਅਤੇ ਪੈਲੀਆਂ ਨੂੰ ਪਾਣੀ ਛਾਣੀ ਲਾਉਂਦੇ ਸਨ, ਅਤੇ ਲੰਗਰ ਇੱਥੇ ਚੱਲਦਾ ਰਹਿੰਦਾ ਜੀ ਦਾ ਟਾਈਮ ਪੂਰਾ ਹੋ ਗਿਆ। ਉਸ ਵੇਲੇ ਹਿੰਦੂ ਹੀ ਸਨ, ਸਿੱਖ ਧਰਮ ਤਾਂ ਬਾਅਦ 'ਚ ਬਣਿਆ ਨਾ, ਉਹਨਾਂ ਨੇ ਮਤਲਬ ਰੌਲਾ ਪਾ ਲਿਆ, ਉਹ ਆਖਣਾ ਹਾਂ ਇਹਨਾਂ ਦਾ ਸੰਸਕਾਰ ਕਰਨਾ, ਹੈਂਜੀ ਮੁਸਲਮਾਨ ਆਖਣ ਲੱਗੇ ਸਾਡਾ ਬਾਬਾ ਸੀ ਆਹ ਦਫਨਾਉਣਾ। ਉਹ ਫਿਰ ਦੋ ਤਿੰਨ ਰਵਾਇਤਾਂ ਮਿਲਦੀਆਂ ਨੇ, ਇੱਕ ਤਾਂ ਇਹਨਾਂ ਨੇ ਕਿਹਾ ਬਈ 'ਚ ਤੂਫਾਨ ਆਇਆ ਅਤੇ ਲਾਸ਼ ਹੀ ਰੁੜ ਗਈ ਹੈ, ਇੱਕ ਰਵਾਇਤ ਇਹ ਵੇ ਕਿ ਬਾਬਾ ਜੀ ਦੀ ਜਿਹੜੀ ਇਹਨਾਂ ਜਿਸਮ ਉਹਨਾਂ ਦਾ ਸਰੀਰ ਆ ਲੂਪ ਹੋ ਗਿਆ, ਗਾਇਬ ਹੋ ਗਿਆ, ਅਤੇ ਉਹ ਗਾਇਬ ਹੋ ਗਿਆ ਤਾਂ ਉੱਥੇ ਨਾ ਦੋ ਫੁੱਲਾਂ ਦੀਆਂ ਢੇਰੀਆਂ ਪਈਆਂ ਸਨ, ਉਹਦੇ ਉੱਤੇ ਚਾਦਰ ਪਈ। ਸੁਬਾਹ ਇਹਨਾਂ ਫਿਰ ਦੋਵਾਂ ਇਹਨਾਂ ਹਿਆ ਨਾ ਕੀਤਾ ਵੀ ਚਾਦਰ ਬਾਬੇ ਦੀ, ਇਹਨਾਂ ਚਾਦਰ ਦੇ ਦੋ ਟੋਟੇ ਕਰ ਲਏ। ਮੈਂ ਸਮਝਣਾ ਪੰਜਾਬ ਦੇ ਦੋ ਟੋਟੇ ਹੋਣ ਦੀ ਉਦਣ ਬਹੁਤ ਵਧੀਆ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕਾਫੀ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ, ਅਤੇ ਉਹ ਜਿਹੜਾ ਇੱਕ ਗੁਰੂ ਨਾਨਕ ਦੇਵ ਜੀ ਨੇ ਨਾਲ ਲਾਈਕ ਜਿਹੜਾ ਕਨੈਕਟ ਹੋਣਾ ਹੈ ਨਾ, ਉਹ ਮੇਰੇ ਲਈ ਬਹੁਤ ਮਾਇਨੇ ਰੱਖਦਾ, ਕਿਉਂਕਿ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਟੀਚਿੰਗਸ ਨੇ ਉਹ ਮੈਨੂੰ ਬੜਾ ਇੰਸਪਾਇਰ ਕਰਦੀਆਂ ਨੇ, ਕਿਉਂਕਿ ਜਿਹੜਾ ਉਸ ਜ਼ਮਾਨੇ ਦੇ ਵਿੱਚ ਵੀ ਉਹਨਾਂ ਨੇ ਕਿੰਨੀ ਉਹਨਾਂ ਦੀ ਸੋਚ ਜਿਹੜੀ ਸੀ ਖੂਬਸੂਰਤ ਸੀ, ਅਤੇ ਦੁਨੀਆ ਨੂੰ ਕਿੱਡੀ ਇੱਕ ਚੰਗੀ ਸੋਚ 'ਤੇ ਲਾਇਆ ਵੀ ਜਿਹੜਾ ਹਰ ਬੰਦਾ ਬਰਾਬਰ ਹੈ, ਤੁਹਾਡਾ ਬਜਾਏ ਕਿ ਮਜ਼ਹਬ ਰੇਸ ਜੋ ਵੀ ਹੈ, ਹਰ ਬੰਦਾ ਜਿਹੜਾ ਹੈ ਉਹ ਬਰਾਬਰ ਹੈ, ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਹਾਂ ਜਿਹੜੇ ਸਿੱਖ ਰਿਲੀਜਨ ਦੇ ਵਿੱਚ ਅਸੀਂ ਕਹਿੰਦੇ ਹਾਂ ਇੱਕ ਓਂਕਾਰ, ਜਾਂ ਫਿਰ ਇੱਕ ਇਹ ਵੀ ਕਿਹਾ ਗਿਆ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਅਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ। ਸੋ ਇਹ ਜਿਹੜੀਆਂ ਨਿੱਕੀਆਂ ਚੀਜ਼ਾਂ ਨੇ ਬੜੇ ਵੱਡੇ ਵੱਡੇ ਮੈਸੇਜ ਨੇ, ਕਿ ਇੱਕ ਜਿਹੜਾ ਹਿਊਮਨ ਰੇਸ ਦੀ ਇਕੁਆਲਿਟੀ ਦਾ ਜਿਹੜਾ ਮੈਸੇਜ ਹੈ, ਕਿ ਅੱਜ ਦੀ ਜਿਹੜੀ ਈਵਨ ਪ੍ਰੋਗਰੈਸਿਵ ਸੁਸਾਇਟੀ 'ਚ ਵੀ ਅਸੀਂ ਜਿਹੜਾ ਰੀਅਲਾਈਜ਼ ਕਰ ਰਹੇ ਹਾਂ ਕਿ ਉਸ ਜ਼ਮਾਨੇ ਦੀ ਸੁਸਾਇਟੀ ਜਿਹੜੀ ਗੁਰੂ ਨਾਨਕ ਦੀ ਸੁਸਾਇਟੀ ਵੀ ਕਿੰਨੀ ਪ੍ਰੋਗਰੈਸਿਵ ਸੀਗੀ। ਅਤੇ ਬੜਾ ਉਹ ਹੰਬਲਿੰਗ ਐਕਸਪੀਰੀਅੰਸ ਸੀਗਾ ਕਿ ਜਿਸ ਜਗ੍ਹਾ 'ਤੇ ਬਾਬਾ ਜੀ ਨੇ ਬਾਬਾ ਜੀ ਲਾਈਕ ਰਹੇ, ਬਾਬਾ ਜੀ ਜਿਸ ਜਗ੍ਹਾ 'ਤੇ ਜੋਤੀ ਜੋਤ ਸਮਾਏ, ਜਿਸ ਜਗ੍ਹਾ 'ਤੇ ਬਾਬਾ ਜੀ ਨੇ ਇੰਨੇ ਸਾਲ ਜਿਹੜਾ ਵੰਡ ਛਕਣ ਦਾ ਜਿਹੜਾ ਨਾ ਹੁੱਕਾ ਦਿੱਤਾ ਕਿ ਠੀਕ ਹੈ ਮਿਹਨਤ ਕਰੋ ਅਤੇ ਵੰਡ ਛਕੋ, ਅਤੇ ਉਹ ਧਰਤੀ ਨੂੰ ਵੇਖਣਾ। ਅਤੇ ਬੜਾ ਅੱਛਾ ਲੱਗਿਆ ਵੀ ਜਿਸ ਤਰ੍ਹਾਂ ਲਾਈਕ ਪੂਰਾ ਗੁਰਦੁਆਰਾ ਸਾਹਿਬ ਨੂੰ ਮੇਨਟੇਨ ਕੀਤਾ ਹੈ, ਐਡਾ ਵੱਡਾ ਲਾਈਕ ਕੰਪਲੈਕਸ ਜਿਹੜਾ ਬਣਾਇਆ ਹੈ। ਹਾਂਜੀ ਆਪਣਾ ਜਸ਼ਨ ਬਾਜਵਾ ਜੀ, ਇਹ ਦੱਸੋ ਵੀ ਤੁਹਾਨੂੰ ਕਿੰਝ ਦਾ ਲੱਗਾ, ਤੁਸੀਂ ਅਮਰੀਕਾ 'ਚ ਵੀ ਗੁਰਦੁਆਰੇ ਵੇਖਦੇ ਰਹਿੰਦੇ ਹੋ, ਇੰਡੀਆ 'ਤੇ ਵੀ ਵੇਖੇ ਹੋਣਗੇ, ਅਤੇ ਕੋਈ ਫਰਕ 'ਚ ਵੀ ਦੱਸੋ ਹਾਂ ਭਾਈ ਕੋਈ ਨਜ਼ਰ ਆਇਆ? ਇਹ ਤਾਂ ਬਹੁਤ ਵਧੀਆ ਜੀ, ਨਾਰੋਵਾਲ ਦੀਆਂ ਤਾਂ ਗੱਲਾਂ ਹੀ ਵੱਖਰੀਆਂ ਨੇ। ਅੱਛਾ ਇਹ ਤੁਹਾਡੀ ਜਨਮ ਭੂਮੀ ਹੈ ਤਾਂ। ਅਤੇ ਉਹ ਕਾਫੀ ਅੱਛਾ ਐਕਸਪੀਰੀਅੰਸ ਸੀਗਾ। ਫਿਰ ਅਸੀਂ ਉੱਥੇ ਲੰਗਰ ਵੀ ਛਕਿਆ, ਫਿਰ ਲੰਗਰ ਛਕਣ ਤੋਂ ਬਾਅਦ ਫਿਰ ਅਸੀਂ ਆ ਗਏ ਜੀ ਬਸਰੂਰ,
ਕਿਉਂਕਿ ਪਸਰੂਰ ਜਿਹੜਾ ਬਾਬਾ ਮਾਂਗੇ ਦੀ ਬਾਣੀ ਵਾਲਾ ਇਲਾਕਾ। ਇੱਥੇ ਜਿਸ ਤਰ੍ਹਾਂ ਗੁਰੂ ਨਾਨਕ ਆਏ ਸੀਗੇ ਅਤੇ ਉਹ ਇੱਥੇ ਠਹਿਰੇ ਸੀਗੇ ਅਤੇ ਫਿਰ ਉਹ ਜਿਹੜਾ ਇਹ ਗੁਰਦੁਆਰਾ ਬਣਿਆ ਗੁਰਦੁਆਰਾ ਮੰਜੀ ਸਾਹਿਬ। ਅਤੇ ਉਸ ਟਾਈਮ ਮੈਨੂੰ ਇੱਕ ਹੋਰ ਜਿਸ ਗੁਰਦੁਆਰੇ ਸਾਹਿਬ ਦੱਬੇ ਜਿਸਦਾ ਨਾਮ ਸੀ ਗੁਰਦੁਆਰਾ ਮੰਜੀ ਸਾਹਿਬ, ਪਰ ਉੱਥੇ ਜ਼ਿਆਦਾਤਰ ਬਿਲਡਿੰਗ ਜਿਹੜੀ ਸੀ ਉਹ ਢਹਿ ਚੁੱਕੀ ਸੀ, ਇੱਕ ਸਿਰਫ ਲਾਈਕ ਗੇਟ ਹੀ ਮੌਜੂਦ ਸੀ। ਅਤੇ ਉਹ ਮੈਨੂੰ ਬੜਾ ਲਾਈਕ ਟੱਚਿੰਗ ਲੱਗਿਆ ਅਤੇ ਮੈਂ ਉੱਥੇ ਜਾ ਕੇ ਆਪਣੀਆਂ ਰਿਸਪੈਕਟਸ ਜਿਹੜੀਆਂ ਨੇ ਵੀ ਥੋੜ੍ਹਾ ਜਿਹਾ ਮੈਂ ਉੱਥੇ ਮੱਥਾ ਟੇਕਿਆ। ਅਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਅੱਗੇ ਲਾਈਕ ਤੁਰ ਪਏ ਅਤੇ ਅਸੀਂ ਫਿਰ ਫਾਈਨਲੀ ਲਾਈਕ ਉੱਥੋਂ ਹੁੰਦੇ ਹੋਏ ਬਾਬਾ ਬਾਜਵਾ ਜੀ ਨੂੰ ਡਰੋਪ ਕਰਕੇ ਅਤੇ ਅਸੀਂ ਲਾਹੌਰ ਆ ਗਏ।